ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 76ਵੇਂ ਪੰਨੇ ਦੀ ਵਿਆਖਿਆ ਕਰਦੇ ਹਾਂ ਜੀ। ਤੀਜੇ ਪਹਿਰੇ ਰੈਣ ਕੇ ਬਨਜਾਰਿਆ ਮਿੱਤਰਾ ਸਰ ਹੰਸ ਉਲਥੜੇ ਆਏ ਜੋਬਨ ਘਟੈ ਜਰੂਆ ਜਿਨੈ ਬਨਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ। ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਸ ਆਪਣਾ ਕਰ ਕਰ ਰਾਖਿਆ ਖਿਨਮੈ ਭਇਆ ਭਰਾਇਆ। ਬੁੱਧ ਵਿਸਰਜੀ ਗਈ ਸਿਆਨਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੇ ਲਿਵਲਾਈ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਪਹੁੰਚੇ ਹੋਏ हे ਬਨਜਾਰੇ ਮਿੱਤਰ हे ਮੇਰੇ ਜੀਵ ਮਿੱਤਰ ਜਦੋਂ ਤੂੰ ਤੀਜੇ ਪਹਿਰ ਦੇ ਵਿੱਚ ਆ ਗਿਆ ਤਾਂ ਤੇਰੇ ਸਿਰ ਦੇ ਉੱਤੇ ਹੰਸ ਆ ਉੱਤਰਦੇ ਹਨ ਇੱਥੇ ਜੋ ਚਿੱਟੇ ਵਾਲ ਹਨ ਜਿਨ੍ਹਾਂ ਨੂੰ ਅਸੀਂ ਧੌਲੇ ਵੀ ਕਹਿ ਦਿੰਦੇ ਹਾਂ ਉਹਨਾਂ ਨੂੰ ਹੰਸ ਕਹਿ ਕੇ ਪੁਕਾਰਿਆ ਗਿਆ ਹੈ ਕਿ ਤੇਰੇ ਸਿਰ ਦੇ ਉੱਤੇ ਧੌਲੇ ਆ ਜਾਂਦੇ ਹਨ ਜਵਾਨੀ ਘਟਦੀ ਹੈ ਬੁਢੇਪਾ ਨੇੜੇ ਆਉਂਦਾ ਹੈ ਤੇ ਜੋ ਬੁਢੇਪਾ ਹੈ ਤੇਰੇ ਸਰੀਰ ਦੀ ਤਾਕਤ ਨੂੰ ਜਿੱਤਦਾ ਜਾਂਦਾ ਹੈ ਤੇਰੇ ਸਰੀਰ ਦੀ ਤਾਕਤ ਘਟਦੀ ਜਾਂਦੀ ਹੈ ਬੁਢੇਪਾ ਆਉਂਦਾ ਜਾਂਦਾ ਹੈ ਵੱਧਦਾ ਜਾਂਦਾ ਹੈ ਇੱਕ ਇੱਕ ਦਿਨ ਲੰਘਦਾ ਹੈ ਤਾਂ ਤੇਰੀ ਉਮਰ ਘਟਦੀ ਜਾਂਦੀ ਹੈ ਇਹ ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋਏ ਜੀਵ ਜਦੋਂ ਜਮਨ ਨੇ ਤੈਨੂੰ ਫੜ ਕੇ ਅੱਗੇ ਲਾ ਲਿਆ ਤਾਂ ਅਖੀਰਲੇ ਵੇਲੇ ਤੂੰ ਪਛਤਾਏਂਗਾ ਤੂੰ ਹਰ ਇੱਕ ਚੀਜ਼ ਆਪਣੀ ਬਣਾ ਬਣਾ ਕੇ ਸਾਹਮਦਾ ਗਿਆ ਪਰ ਇੱਕ ਖਿੰਣ ਦੇ ਵਿੱਚ ਉਹ ਸਭ ਕੁਝ ਪਰਾਇਆ ਮਾਲ ਹੋ ਜਾਣਾ ਜਦੋਂ ਤੇਰੇ ਅੰਦਰੋਂ ਤੇਰੀ ਰੂਹ ਨਿਕਲ ਗਈ ਮਾਇਆ ਦੇ ਮੋਹ ਦੇ ਵਿੱਚ ਫਸੇ ਜੀਵ ਦੀ ਅਕਲ ਮਾਰੀ ਜਾਂਦੀ ਹੈ ਸਿਆਣਪ ਗੁੰਮ ਹੋ ਜਾਂਦੀ ਹੈ ਮੰਦੇ ਕੰਮ ਕਰ ਕਰ ਕੇ ਆਖਰ ਅੰਤ ਵੇਲੇ ਪਛਤਾਉਂਦਾ ਹੈ हे ਨਾਨਕ ਆਖ ਕਹੇ ਜੀਵ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਤੂੰ ਆਪਦੀ ਸੁਰਤੀ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਤੇ ਉਹਦਾ ਸਿਮਰਨ ਕਰ ਚੌਥੇ ਪਹਿਰੇ ਰਹਿਣ ਕੇ ਬਨਜਾਰਿਆ ਮਿੱਤਰਾ ਵਿਰਧ ਭਇਆ ਤਨ ਖੀਣ ਅੱਖੀ ਅੰਧਨਾ ਦੀ ਸਈ ਬਨਜਾਰਿਆ ਮਿੱਤਰਾ ਕੰਨੀ ਸੁਣੈ ਨਾ ਵਹਿਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪ੍ਰਾਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਖ ਆਵਣ ਜਾਣਾ ਖੜ ਪੱਕੀ ਕੁੜ ਭੱਜਾ ਵਿੰਸਾ ਆਏ ਚੱਲੈ ਕਿਆ ਮਾਨ ਕੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਹੇ ਹਰੀ ਦਾ ਨਾਮ ਦਾ ਵਣਜ ਕਰਨ ਆਏ ਹੋਏ ਜੀਵ ਮਿੱਤਰ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਦੇ ਵਿੱਚ ਤੂੰ ਬੁੱਢਾ ਹੋ ਜਾਣਾ ਉਸ ਵੇਲੇ ਤੇਰਾ ਸਰੀਰ ਕਮਜ਼ੋਰ ਹੋ ਜਾਣਾ ਤੇਰੀਆਂ ਅੱਖਾਂ ਦੇ ਅੱਗੇ ਹਨੇਰਾ ਆ ਜਾਣਾ ਭਾਵ ਕਿ ਤੇਰੀ ਨਿਗਾ ਘਟ ਜਾਣੀ ਹੈ ਤੈਨੂੰ ਦੱਸਣਾ ਘਟ ਜਾਣਾ ਜਾਂ ਕਈ ਹਾਲਾਤਾਂ ਦੇ ਵਿੱਚ ਬਿਲਕੁਲ ਹੀ ਬੰਦ ਹੋ ਜਾਣਾ ਕੰਨਾਂ ਦੇ ਨਾਲ ਤੈਨੂੰ ਸੁਣਨਾ ਬੰਦ ਹੋ ਜਾਣਾ ਹੈ ਸੁਣਨ ਦੀ ਸ਼ਕਤੀ ਤੇਰੀ ਘਟ ਜਾਣੀ ਹੈ ਜੀਭ ਦੇ ਸਵਾਦ ਮੁੱਕ ਜਾਣਿਆ ਤੇਰੇ ਮੂੰਹ ਦੇ ਵਿੱਚ ਦੰਦ ਕੋਈ ਨਹੀਂ ਰਹਿਣੇ ਜਦੋਂ ਦੰਦ ਨਹੀਂ ਰਹੇ ਆਪਣੀ ਪੰਜਾਬੀ ਦੀ ਕਹਾਵਤ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਕਿ ਜਦੋਂ ਦੰਦ ਗਏ ਤੇਰਾ ਜੀਭ ਦਾ ਸਵਾਦ ਵੀ ਖਤਮ ਹੋ ਜਾਣਾ ਹੈ ਤਾਕਤ ਤੇਰੇ ਸਰੀਰ ਦੇ ਵਿੱਚ ਨਹੀਂ ਰਹਿਣੀ ਪਰਮਾਤਮਾ ਦੇ ਗੁਣ ਤੂੰ ਕਦੇ ਆਪਦੇ ਸਰੀਰ ਦੇ ਵਿੱਚ ਵਸਾਏ ਹੀ ਨਹੀਂ ਆਪਣੇ ਮਨ ਦੇ ਵਿੱਚ ਵਸਾਏ ਹੀ ਨਹੀਂ ਤਾਂ ਹੁਣ ਤੈਨੂੰ ਸੁੱਖ ਕਿੱਥੋਂ ਮਿਲੇ ਜੋ ਮੰਦਾ ਮਰੀਦ ਬੰਦਾ ਹੈ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਂਦਾ ਜਿਵੇਂ ਕਿ ਪੱਕੀ ਹੋਈ ਫਸਲ ਦਾ ਨਾੜ ਜਿਹੜਾ ਹੈ ਉਹ ਕੁੜਕ ਕੇ ਟੁੱਟ ਜਾਂਦਾ ਹੈ ਉਸੇ ਤਰ੍ਹਾਂ ਹੀ ਬੁਢੇਪਾ ਆਉਣ ਤੇ ਇਨਸਾਨ ਦਾ ਸਰੀਰ ਵੀ ਨਾਸ ਹੋ ਜਾਂਦਾ ਹੈ ਤੇ ਜੀਵ ਇਸ ਦੁਨੀਆ ਦੇ ਉੱਤੋਂ ਤੁਰ ਜਾਂਦਾ ਹੈ ਇਸ ਕਰਕੇ ਇਸ ਸਰੀਰ ਦਾ ਮਾਣ ਕਰਨਾ ਵਿਅਰਥ ਹੈ हे ਨਾਨਕ ਆਖ ਕੇ हे ਪ੍ਰਾਣੀ ਜੇ ਤੂੰ ਪਿਛਲੇ ਤਿੰਨਾ ਪਹਿਰਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵੀ ਸਿਮਰਿਆ ਤਾਂ ਚੌਥੇ ਪਹਿਰ ਜਦੋਂ ਤੂੰ ਹੁਣ ਬੁੱਢਾ ਹੋ ਗਿਆ ਤਾਂ ਗੁਰੂ ਦੇ ਸ਼ਬਦ ਨੂੰ ਪਛਾਣ ਤੇ ਉਸ ਸ਼ਬਦ ਦੇ ਨਾਲ ਡੂੰਗੀ ਸਾਂਝ ਪਾ ਔੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਰਤੀ ਗੁਣਾਂ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਨ ਮਰਨਾ ਕਾਲ ਜਾਲ ਜਮ ਜੋਹੇ ਨਾ ਸਾਕੈ ਭਾਏ ਭਗਤ ਭੈ ਤਰਨਾ ਪਤ ਸੇਤੀ ਜਾਵੈ ਸਹਜ ਸਮਾਵੈ ਸਗਲੇ ਦੁਖ ਮਿਟਾਵੇ ਕਹ ਨਾਨਕ ਪ੍ਰਾਨੀ ਗੁਰਮੁਖ ਛੁਟੈ ਸਾਚੇ ਤੇ ਪਤ ਪਾਵੈ ਕਹਿੰਦੇ ਹੀ ਬਨਜਾਰੇ ਮਿੱਤਰ ਤੈਨੂੰ ਆਪਦੀ ਜ਼ਿੰਦਗੀ ਜਿਉਣ ਦੇ ਲਈ ਜਿੰਨੇ ਹੀ ਸਾਹ ਮਿਲੇ ਸਨ ਉਹ ਜਦੋਂ ਤੂੰ ਪਗਤਾ ਲਏ ਤੇ ਤੇਰੇ ਸਵਾਸਾਂ ਦਾ ਅਖੀਰ ਆ ਜਾਣਾ ਜਿਹੜਾ ਬਲੀ ਬੁਢੇਪਾ ਹੈ ਉਹ ਤੇਰੇ ਮੋਟਿਆਂ ਦੇ ਉੱਤੇ ਉੱਤੇ ਨੱਚਣ ਲੱਗ ਜਾਣਾ ਜੇ ਤੇਰੇ ਹਿਰਦੇ ਦੇ ਵਿੱਚ ਰਤਾ ਵੀ ਗੁਣ ਨਾ ਟਕੇ ਤਾਂ ਤੈਨੂੰ ਆਪਣੇ ਹੀ ਕੀਤੇ ਹੋਏ ਕੰਮਾਂ ਦੇ ਜਿਹੜੇ ਔਗਣ ਹਨ ਉਹੀ ਆਪਦੇ ਨਾਲ ਬਨ ਕੇ ਲਿਜਾਣੇ ਪੈਣਗੇ ਜਿਹੜਾ ਜੀਵ ਇਥੋਂ ਗੁਣਾਂ ਦੇ ਸੰਜਮ ਦੀ ਆਤਮਿਕ ਗੁਣਾਂ ਦੇ ਸੰਜਮ ਦੀ ਸਹਾਇਤਾ ਨਾਲ ਜਾਂਦਾ ਹੈ ਭਾਵੇਂ ਪ੍ਰਮਾਤਮਾ ਦਾ ਨਾਮ ਜਪਿਆ ਉਸ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਦੇ ਵਿੱਚ ਵਸਾਏ ਆਪਦਾ ਜੀਤਮ ਜੀਵਨ ਇੱਕ ਆਤਮਿਕ ਅਡੋਲਤਾ ਵਾਲਾ ਜੀਵਨ ਬਣਾਇਆ ਉਹ ਜੀਵ ਜਮਰਾਜ ਦੀ ਚੋਟ ਨਹੀਂ ਸਹਾਰਦਾ ਉਹਨੂੰ ਜਮਰਾਜ ਦੀਆਂ ਚੋਟਾਂ ਨਹੀਂ ਖਾਣੀਆਂ ਪੈਂਦੀਆਂ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਣਾ ਪੈਂਦਾ ਜਮ ਦਾ ਜਾਲ ਜੋ ਮੌਤ ਦਾ ਡਰ ਹੈ ਉਹ ਉਸ ਜੀਵ ਤੱਕ ਨਹੀਂ ਪਹੁੰਚਦਾ ਪਰਮਾਤਮਾ ਦੇ ਪ੍ਰੇਮ ਦੀ ਬਰਕਤ ਨਾਲ ਉਹਦੇ ਸਾਰੇ ਤਰ੍ਹਾਂ ਦੇ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਨ ਸਾਰੇ ਡਰਾਂ ਦੇ ਸਮੁੰਦਰਾਂ ਤੋਂ ਉਹ ਪਾਰ ਲੰਘ ਜਾਂਦਾ ਹੈ ਤੇ ਬੜੀ ਇੱਜ਼ਤ ਦੇ ਨਾਲ ਬੜੀ ਆਤਮਿਕ ਅਡੋਲਤਾ ਦੇ ਨਾਲ ਇਸ ਸੰਸਾਰ ਦੇ ਵਿੱਚੋਂ ਉਹ ਅਲਵਿਦਾ ਹੁੰਦਾ ਹੈ। हे नानक ਆਖ ਕਿ ਜਿਹੜਾ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਤੋਂ ਬਚ ਜਾਂਦਾ ਹੈ। ਉਹਦਾ ਸਦਾ ਸਿਰ ਪ੍ਰਭੂ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ। ਸ੍ਰੀ ਰਾਗ ਮਹਿਲਾ ਚੌਥਾ ਪਹਿਲੇ ਪੈਰੇ ਰਹਿਣ ਕੇ ਬਨਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਧਿਆਵਾ ਹਰ ਉਚਰੈ ਬਨਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਦੇ ਮਿਤ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵਿਆ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪਿਐ ਕਿਰਪਾ ਧਾਰ ਹੁਣ ਇਹੀ ਸੇਮ ਪ੍ਰਕਾਰ ਦੀ ਬਾਣੀ ਨੂੰ ਕੰਟੀਨਿਊ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਪੰਕਤੀਆਂ ਲਿਖੀਆਂ ਹਨ ਤੇ ਉਹਨਾਂ ਨੇ ਵੀ ਗੱਲ ਮਾਤਾ ਦੀ ਕੋਖ ਤੋਂ ਹੀ ਸ਼ੁਰੂ ਕੀਤੀ ਹੈ ਕਿ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਦੇ ਵਿੱਚ ਜੋ ਪ੍ਰਮਾਤਮਾ ਹੈ ਉਹ ਜੀਵ ਨੂੰ ਮਾਤਾ ਦੀ ਕੋਖ ਦੇ ਵਿੱਚ ਨਿਵਾਸ ਦਿੰਦਾ ਹੈ ਜਦੋਂ ਜੋ ਜੀਵ ਹੈ ਉਹ ਮਾਂ ਦੀ ਕੋਖ ਦੇ ਵਿੱਚ ਹੁੰਦਾ ਹੈ ਤਾਂ ਪ੍ਰਮਾਤਮਾ ਦਾ ਧਿਆਨ ਧਰਦਾ ਹੈ ਉਹਦਾ ਨਾਮ ਉਚਾਰਦਾ ਹੈ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖਦਾ ਹੈ ਉਸ ਪ੍ਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਹੀ ਉਹ ਉਸ ਅੱਗ ਦੇ ਵਿੱਚ ਵੀ ਜਿਉਂਦਾ ਰਹਿੰਦਾ ਹੈ ਪੁੱਠਾ ਲਟਕਿਆ ਹੁੰਦਾ ਹੈ ਫਿਰ ਵੀ ਜਿਉਂਦਾ ਰਹਿੰਦਾ ਹੈ ਜਦੋਂ ਉਹ ਜੀਵ ਜਨਮ ਲੈ ਲੈਂਦਾ ਹੈ ਮਾਪਿਓ ਦੇ ਮੂੰਹ ਲੱਗਦਾ ਹੈ ਮਾਪਿਓ ਬੜੇ ਖੁਸ਼ ਹੁੰਦੇ ਹਨ ਤੇ ਗੁਰੂ ਜੀ ਸਾਨੂੰ ਅਗਰਹਿ ਕਰਦੇ ਹਨ ਸਾਨੂੰ ਬੇਨਤੀ ਕਰਦੇ ਹਨ ਕਿ हे ਪ੍ਰਾਣੀਆਂ ਜਿਸ ਪ੍ਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ ਉਸ ਦਾ ਧਿਆਨ ਧਰੋ ਗੁਰੂ ਦੇ ਰਾਹੀ ਆਪਣੇ ਹਿਰਦੇ ਵਿੱਚ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਨਹੀਂ ਤਾਂ ਇੱਕ ਕਿਸੇ ਇਨਸਾਨ ਨੂੰ ਜਨਮ ਦੇਣਾ ਬੰਦੇ ਦੇ ਕੀ ਵਸ ਦੀ ਗੱਲ ਹੈ ਬੰਦੇ ਦੇ ਵਸ ਦੀ ਜੋ ਗੱਲ ਹੈ ਉਹ ਇਨਸਾਨ ਕਰਦਾ ਹੈ ਪਰ ਕਦੇ ਸੋਚ ਕੇ ਵੇਖਿਓ ਇੱਕ ਬੂੰਦ ਤੋਂ ਇੱਕ ਬੂੰਦ ਪੀਰਜ ਤੋਂ ਐਡਾ ਵੱਡਾ ਇਨਸਾਨ ਪੈਦਾ ਹੋ ਜਾਂਦਾ ਹੈ ਕੀ ਇਨਸਾਨ ਅਜਿਹਾ ਕੁਝ ਕਰ ਸਕਦਾ ਨਹੀਂ ਕਰ ਸਕਦਾ ਇਹ ਉਸ ਪਰਮਾਤਮਾ ਦਾ ਬਣਾਇਆ ਹੋਇਆ ਸਿਸਟਮ ਹੈ ਉਸ ਪਰਮਾਤਮਾ ਦੀ ਬਰਕਤ ਦੇ ਨਾਲ ਇਹ ਸਭ ਕੁਝ ਸੰਭਵ ਹੁੰਦਾ ਹੈ ਇਨਸਾਨ ਦਾ ਉਸ ਪ੍ਰੋਸੈਸ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਕਿ ਕਿਸ ਤਰ੍ਹਾਂ ਤੁਸੀਂ ਉਸਨੇ ਇਸ ਬੂੰਦ ਦੇ ਉੱਤੋਂ ਇੱਕ ਇਨਸਾਨ ਨੂੰ ਬਣਾਉਣਾ ਹੈ ਇੰਨੀ ਕੰਪਲੈਕਸ ਸਟਰਕਚਰ ਆ ਸਾਡੇ ਸਰੀਰ ਦੀ ਕਿਹੜੇ ਕਿਹੜੇ ਅੰਗ ਨੇ ਸਰੀਰ ਦੇ ਵਿੱਚ ਤੇ ਹਰੇਕ ਅੰਗ ਨੂੰ ਉਹਦਾ ਆਪ ਦਾ ਮਿੱਥਿਆ ਹੋਇਆ ਕੰਮ ਮਿਲਿਆ ਹੋਇਆ ਤੇ ਇਹ ਸਭ ਕੁਝ ਉਸ ਪ੍ਰਮਾਤਮਾ ਦੀ ਮਿਹਰ ਦੇ ਨਾਲ ਹੀ ਤਿਆਰ ਹੁੰਦਾ ਹੈ ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਤਾਰ ਕੇ ਉਸ ਪ੍ਰਮਾਤਮਾ ਦੇ ਨਾਮ ਦਾ ਧਿਆਨ ਧਰ ਜਿਹਦੀ ਕਿਰਪਾ ਦੇ ਨਾਲ ਜਿਹਦੀ ਬਰਕਤ ਦੇ ਨਾਲ ਕੀ ਇਹ ਸਭ ਕੁਝ ਸੰਭਵ ਹੋ ਪਉਂਦਾ ਹੈ ਜੀਦੀ ਮਿਹਰ ਦੇ ਨਾਲ ਕੀ ਇੱਕ ਬੱਚਾ ਜਨਮ ਲੈ ਪਾਉਂਦਾ ਇੱਕ ਬੱਚਾ ਬਣ ਪਾਉਂਦਾ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣਾ ਖਟ ਖਵਾਏ ਜੋ ਦੇਵਤ ਸੈ ਨਾ ਜਾਣਾ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਦਿਵਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕੰਭੂ ਖਾਏ ਕਹਿੰਦੇ ਕਿ ਦੂਜੇ ਹੀ ਪਹਿਰ ਦੇ ਵਿੱਚ ਆ ਕੇ ਜੋ ਇਨਸਾਨ ਹੈ ਉਹ ਪਰਮਾਤਮਾ ਨੂੰ ਭੁੱਲ ਕੇ ਹੋਰਨਾਂ ਦੇ ਪਿਆਰ ਦੇ ਵਿੱਚ ਪੈ ਜਾਂਦਾ ਹੈ ਬੱਚਾ ਆਪਦੇ ਮਾਂ ਪਿਓ ਦੇ ਪਿਆਰ ਦੇ ਵਿੱਚ ਪੈ ਜਾਂਦਾ ਹੈ ਮਾਂ ਪਿਓ ਨੂੰ ਬੱਚੇ ਦੇ ਨਾਲ ਪਿਆਰ ਹੋ ਜਾਂਦਾ ਹੈ ਮਾਤਾ ਕਹਿੰਦੀ ਹੈ ਮੇਰਾ ਪੁੱਤਰ ਹੈ ਪਿਤਾ ਕਹਿੰਦਾ ਹੈ ਕਿ ਮੇਰਾ ਪੁੱਤਰ ਹੈ ਬਾਲਕ ਨੂੰ ਇਹ ਕਹਿ ਕਹਿ ਕੇ ਪਾਲਿਆ ਜਾਂਦਾ ਹੈ ਮਾਂ ਪਿਓ ਬਾਰ-ਬਾਰ ਆਪਦੇ ਬੱਚੇ ਨੂੰ ਗਲ ਦੇ ਨਾਲ ਲਾਉਂਦੇ ਹਨ ਇਹ ਜੋ ਹੁਣ ਮੈਂ ਪੰਕਤੀ ਬੋਲਣ ਜਾ ਰਿਹਾ ਉਹਨੂੰ ਬੜੇ ਧਿਆਨ ਦੇ ਨਾਲ ਸੁਣਿਓ ਕਿ ਜੋ ਦੇਵਾ ਤਿਸੈ ਨਾ ਜਾਣਾ ਮੂੜਾ ਦਿੱਤੇ ਨੂੰ ਲਪਟਾਈ ਕਿ ਜਿਨੇ ਉਸ ਪੁੱਤਰ ਦੀ ਉਸ ਬੱਚੇ ਦੀ ਦਾਤ ਬਖਸ਼ੀ ਹੈ ਉਹਨੂੰ ਨਹੀਂ ਮਨੁੱਖ ਮੂਰਖ ਮਨੁੱਖ ਪਛਾਣਦਾ ਉਹਨੂੰ ਭੁੱਲ ਜਾਂਦਾ ਤੇ ਜੋ ਉਹਨੇ ਦਿੱਤਾ ਹੈ ਦਿੱਤੇ ਨੂੰ ਲਪਟਾਏ ਉਹਨੂੰ ਲਿਫਟਦਾ ਹੈ ਉਹਨੂੰ ਜੱਫੀਆਂ ਪਾਉਂਦਾ ਉਹਨੂੰ ਗਲ ਦੇ ਨਾਲ ਲਾਉਂਦਾ ਹੈ ਕਿ ਸਾਨੂੰ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਨਾਲ ਤਾਂ ਪਿਆਰ ਪੈਂਦਾ ਪਰ ਉਸ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪੈਂਦਾ ਪਰ ਕਹਿੰਦੇ ਕਿ ਸਾਰੇ ਇਨਸਾਨ ਵੀ ਇਹ ਜੇ ਨਹੀਂ ਹੁੰਦੇ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੈ ਮਨ ਲਿਬ ਲਾਏ ਕਿ ਕੋਈ ਵਿਭਾਗੀ ਮਨੁੱਖ ਇਦਾਂ ਦੇ ਹੁੰਦੇ ਵੀ ਨੇ ਜਿਹੜੇ ਗੁਰੂ ਦੀ ਸ਼ਰਨ ਪਿੰਦ ਨੇ ਇਸ ਅਸਲੀਅਤ ਦੀ ਵਿਚਾਰ ਕਰਦੇ ਨੇ ਇਸ ਗੱਲ ਤੇ ਵਿਚਾਰ ਕਰਦੇ ਆ ਕਿ ਜਿਸ ਨੇ ਸਾਨੂੰ ਇਹ ਦਾਤ ਬਖਸ਼ੀ ਹੈ ਸਿਰਫ ਬੱਚੇ ਦੀ ਗੱਲ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਦਾਤਾਂ ਹੁੰਦੀਆਂ ਨੇ ਅਸੀਂ ਉਹਨਾਂ ਹਰ ਸਾਰੀਆਂ ਹੀ ਚੀਜ਼ਾਂ ਨੂੰ ਪਿਆਰ ਕਰਦੇ ਆ ਪਰ ਜਿਸ ਦੀ ਬਦੌਲਤ ਉਹ ਚੀਜ਼ਾਂ ਮਿਲੀਆਂ ਉਹਨੂੰ ਅਸੀਂ ਭੁੱਲ ਜਾਂਦੇ ਆ ਅਨਾਜ ਦੇ ਨਾਲ ਅਸੀਂ ਪਿਆਰ ਕਰਦੇ ਆ ਮਿਹਨਤ ਭਾਵੇਂ ਕਿਸਾਨ ਕਰਦਾ ਪਰ ਉਸ ਅਨਾਜ ਦੇ ਵਿੱਚ ਰਸ ਭਰਨ ਦਾ ਕੰਮ ਜਿਹੜਾ ਕਿਸਾਨ ਹੈ ਉਹ ਨਹੀਂ ਕਰ ਸਕਦਾ ਕਿਸਾਨ ਉਸ ਅਨਾਜ ਨੂੰ ਲੋੜੀਂਦੀ ਮਾਤਰਾ ਦੇ ਵਿੱਚ ਪੌਸ਼ਟਿਕ ਜੋ ਤੱਤ ਨੇ ਉਹ ਦੇ ਸਕਦਾ ਰਿਹਾਂਸ ਪ੍ਰਿਹਾਂ ਕਰ ਸਕਦਾ ਪਰ ਜੋ ਦੇਚ ਰਸ ਭਰਨਾ ਉਹ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ ਕਿਸੇ ਅਨਾਜ ਨੇ ਜੇ ਜਾਂ ਕਿਸੇ ਫਲ ਨੇ ਕਿਹ ਲਈ ਮਿੱਠਾ ਹੋਣਾ ਜਾਂ ਖੱਟਾ ਹੋਣਾ ਜਾਂ ਕੌੜਾ ਹੋਣਾ ਇਹ ਗੱਲ ਨੂੰ ਇਨਸਾਨ ਨਿਰਧਾਰਤ ਨਹੀਂ ਕਰ ਸਕਦਾ ਇਹ ਉਸ ਪਰਮਾਤਮਾ ਦੇ ਹੱਥ ਚ ਹੈ ਪਰ ਅਸੀਂ ਫਲਾਂ ਨੂੰ ਪਿਆਰ ਕਰਦੇ ਹਾਂ ਅਨਾਜ ਨੂੰ ਪਿਆਰ ਕਰਦੇ ਹਾਂ ਪਰਮਾਤਮਾ ਨੂੰ ਨਹੀਂ ਕਰਦੇ ਉਹਨੂੰ ਅਸੀਂ ਭੁੱਲ ਜਾਂਦੇ ਹਾਂ ਪਰ ਗੁਰੂ ਜੀ ਕਹਿੰਦੇ ਆ ਕਿ ਕਈ ਗੁਰਮੁਖ ਮਨੁੱਖ ਹੁੰਦੇ ਆ ਸੋਕ ਕਰਾ ਵਿਚਾਰ ਹਰ ਧਿਆਵਾ ਮਨ ਲੈ ਬਲਾਏ ਕਿ ਜਿਹੜੇ ਉਸ ਪਰਮਾਤਮਾ ਦੇ ਨਾਲ ਲੈ ਬ ਲਾਉਂਦੇ ਆ ਤਾਂ हे ਨਾਨਕ ਜ਼ਿੰਦਗੀ ਦੀ ਰਾਤ ਤੇ ਦੂਜੇ ਪਹਿਰ ਜਿਹੜਾ ਪੁਰਾਣੀ ਪਰਮਾਤਮਾ ਦਾ ਧਿਆਨ ਧਰਦਾ ਉਸ ਨੂੰ ਆਤਮਕ ਮੌਤ ਕਦੇ ਵੀ ਨਹੀਂ ਖਾਂਦੀ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿਤ ਵੈ ਤਨ ਸੰਚ ਵੈ ਵਣਜਾਰਿਆ ਮਿੱਤਰਾ ਹਰ ਨਾਮਾ ਹਰਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੈ ਅੰਤ ਸਖਾਈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਉ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਪਰਮਾਤਮਾ ਦੇ ਨਾਮ ਦਾ ਵਣਜ ਕਰਨ ਆਏ ਹੋਏ हे ਜੀਵ ਮਿੱਤਰ ਜਦੋਂ ਤੇਰੀ ਜ਼ਿੰਦਗੀ ਦਾ ਤੀਜਾ ਪਹਿਰ ਆਉਂਦਾ ਹੈ ਤੇਰੀ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਿਰ ਆਉਂਦਾ ਹੈ ਜਵਾਨੀ ਪਹਿਰਾ ਆਉਂਦਾ ਹੈ ਤਾਂ ਤੇਰਾ ਜਿਹੜਾ ਮਨ ਹੈ ਉਹ ਘਰ ਦੇ ਮੋਹ ਚ ਲੱਗ ਜਾਂਦਾ ਦੁਨੀਆ ਦੇ ਧੰਦਿਆਂ ਦੇ ਮੋਹ ਚ ਫਸ ਜਾਂਦਾ ਹੈ ਤੇਰਾ ਮਨ ਹਰ ਵਕਤ ਧਨ ਬਾਰੇ ਸੋਚਦਾ ਹੈ ਤੇ ਧਨ ਹੀ ਇਕੱਠਾ ਕਰਨ ਦੇ ਵਿੱਚ ਲੱਗਿਆ ਰਹਿੰਦਾ ਹੈ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਚੋਂ ਵਸਤਰ ਜਾਂਦਾ ਜਾਂ ਇਹ ਕਹਿ ਲਓ ਕਿ ਵਿਸਰਤਾ ਦੂਜੇ ਪਹਿਰ ਚ ਹੀ ਗਿਆ ਸੀ ਤੇ ਤੀਜੇ ਪਹਿਰ ਦੇ ਵਿੱਚ ਆ ਕੇ ਵੀ ਉਹ ਪਰਮਾਤਮਾ ਦਾ ਜਿਹੜਾ ਨਾਮ ਆ ਤੇਰੇ ਹਿਰਦੇ ਦੇ ਵਿੱਚ ਯਾਦ ਨਹੀਂ ਆਉਂਦਾ ਮਾਇਆ ਦੇ ਮੋਹ ਚ ਫਸ ਕੇ ਮਨੁੱਖ ਕਦੇ ਵੀ ਉਸ ਪਰਮਾਤਮਾ ਦੇ ਨਾਮ ਨੂੰ ਆਪਦੇ ਹਿਰਦੇ ਚ ਵਸਾਉਂਦਾ ਨਹੀਂ ਜਿਹੜੇ ਨੇ ਕਿ ਆਖਿਰ ਵੇਲੇ ਕੰਮ ਆਉਂਦਾ ਆਉਣਾ ਤੇ ਇਹ ਜਿਹੜੇ ਤਨ ਪਦਾਰਥ ਨੇ ਇਹ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਇਹ ਕਦੇ ਕੰਮ ਨਹੀਂ ਆਉਂਦੇ ਤੇ ਬਲਕਿ ਜਿਹੜਾ ਇਨਸਾਨ ਜ਼ਿਆਦਾ ਹੀ ਤਨ ਪਦਾਰਥਾਂ ਨਾਲ ਮੋਹ ਕਰਦਾ ਹੋਵੇ ਅੰਤ ਵੇਲੇ ਉਹ ਇਨਸਾਨ ਬੜਾ ਹੀ ਪਛਤਾਉਂਦਾ ਹੋਇਆ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਹੈ ਆਖਰੀ ਮੇਲੇ ਦੇ ਵਿੱਚ ਆਖਰੀ ਸਮੇਂ ਦੇ ਵਿੱਚ ਉਹਦੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਇਦਾਂ ਦੇ ਹੀ ਖਿਆਲ ਚੱਲਦੇ ਹੁੰਦੇ ਆ ਕਿ ਮੈਂ ਇਹ ਜੋ ਇੰਨਾ ਕੁਝ ਇਕੱਠਾ ਕੀਤਾ ਮੇਰੇ ਕੰਮ ਨਹੀਂ ਆਇਆ ਇਸ ਤਰ੍ਹਾਂ ਦੇ ਖਿਆਲ ਲੈ ਕੇ ਇਨਸਾਨ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਹੈ ਸਾਰੀ ਉਮਰ ਤਾਂ ਉਸਨੇ ਸੁੱਖ ਸ਼ਾਂਤੀ ਮਹਿਸੂਸ ਕੀਤੀ ਹੀ ਨਹੀਂ ਸਾਰੀ ਉਮਰ ਤਾਂ ਉਹਦਾ ਮਨ ਪਟਕਦਾ ਰਿਹਾ ਹੀ ਪਰ ਜਦੋਂ ਅੰਤ ਵੇਲਾ ਸੀ ਉਸ ਵੇਲੇ ਵੀ ਉਹਨੂੰ ਚਿੰਤਾ ਸੀ ਪਰ ਜਿਹੜੇ ਗੁਰਮੁਖ ਹੁੰਦੇ ਨੇ ਜਿਹੜੇ ਗੁਰੂ ਦੇ ਨਾਮ 'ਤੇ ਜੁੜਦੇ ਆ ਉਸ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਉਂਦੇ ਆ ਉਹ ਘਟੋ ਘਟ ਅੰਤ ਵੇਲੇ ਇਨ੍ਹਾਂ ਖਿਆਲਾਂ ਨੂੰ ਲੈ ਕੇ ਨਹੀਂ ਮਰਦੇ ਅੰਤ ਵੇਲੇ ਉਹਨਾਂ ਦੇ ਮਨ ਸ਼ਾਂਤ ਹੁੰਦੇ ਆ ਉਹਨਾਂ ਨੂੰ ਇਸ ਦੁਨੀਆ ਤੋਂ ਜਾਣ ਦਾ ਗਮ ਨਹੀਂ ਹੁੰਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਫਿਕਰ ਨਹੀਂ ਹੁੰਦੀ ਕਿ ਮੈਂ ਪਿੱਛੇ ਕੀ ਛੱਡ ਕੇ ਜਾ ਰਿਹਾ ਜਾਂ ਕੀ ਨਹੀਂ ਛੱਡ ਕੇ ਜਾ ਰਿਹਾ ਜਾਂ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦਾ ਕੀ ਬਣੇਗਾ ਇੱਕ ਸੁਖ ਸ਼ਾਂਤੀ ਆਤਮਿਕ ਅਟੋਲਤਾ ਦੀ ਸਥਿਤੀ ਦੇ ਵਿੱਚ ਉਹ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਹਨ ਤੇ ਉਸ ਪਰਮਾਤਮਾ ਦੇ ਨਾਲ ਜਾ ਮਿਲਦੇ ਹਨ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 76ਵੇਂ ਪੰਨੇ ਦੀ ਵਿਆਖਿਆ ਸਮਾਪਤ ਹੁੰਦੀ ਹੈ ਇਸ ਪੰਨੇ ਦੇ ਵਿੱਚ ਵੀ ਸਾਨੂੰ ਜ਼ਿੰਦਗੀ ਦੇ ਤਿੰਨਾ ਚਾਰਾਂ ਪਹਿਰਾਂ ਦੀ ਜੋ ਗੱਲਬਾਤ ਸਮਝਾਈ ਗਈ ਹੈ ਕਿ ਕਿਸ ਤਰ੍ਹਾਂ ਅਸੀਂ ਜੋ ਪਹਿਲੇ ਪਹਿਰ ਦੇ ਵਿੱਚ ਮਾਤਾ ਦੀ ਕੁੱਖ ਦੇ ਵਿੱਚ ਹੁੰਨੇ ਆ ਤਾਂ ਸਾਡੇ ਪਰਮਾਤਮਾ ਯਾਦ ਹੁੰਦਾ ਹੈ ਬਾਹਰ ਆਉਂਦੇ ਹੀ ਅਸੀਂ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਆਂ ਫਿਰ ਕਦੇ ਯਾਦ ਨਹੀਂ ਕਰਦੇ ਤੇ ਉਹਨਾਂ ਚੀਜ਼ਾਂ ਦੇ ਮੋਹ 'ਚ ਫਸ ਜਾਂਦੇ ਆਂ ਜਿਹੜੀਆਂ ਕਿ ਸਾਡੇ ਕੰਮ ਵੀ ਨਹੀਂ ਆਉਣੀਆਂ ਸੋ ਇੱਥੇ ਹੀ ਸਮਾਪਤੀ ਕਰਦੇ ਆਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀ ਆ ਜੋ ਇਸ ਰਾਹ ਦੇ ਉੱਤੇ ਤੁਰੇ ਹੋਇਓ ਬਹੁਤ ਚੰਗਾ ਲੱਗਦਾ ਹੈ ਗੁਰਮੁਖਾਂ ਨੂੰ ਮਿਲ ਕੇ ਤੁਹਾਡੇ ਕਮੈਂਟ ਪੜ ਕੇ ਇਹ ਚੀਜ਼ ਦੇਖ ਕੇ ਇਹ ਕਈ ਲੋਕ ਹਨ ਜੋ ਉਸ ਪਰਮਾਤਮਾ ਦੇ ਵਿੱਚ ਧਿਆਨ ਧਰਦੇ ਹਨ ਸਮਾਪਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ